ਹਾਂ ਰਹਿ ਗਿਆ ਇੰਡੀਆ, ਆ ਗਿਆ ਬਾਰਡਰ ਇੰਡੀਆ ਪਾਕਿਸਤਾਨ ਦਾ। ਲੈ ਆਪਾਂ ਕਰਤਾ ਐਂਟਰ ਪਾਕਿਸਤਾਨ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ ਕਿਵੇਂ ਹੋ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਵੈਲਕਮ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ। ਅਤੇ ਅੱਜ ਅਸੀਂ ਚੱਲੇ ਹਾਂ ਜੀ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ, ਅਤੇ ਬਾਕੀ ਤੁਸੀਂ ਵਲੌਗ ਦੇ ਨਾਲ ਬਣੇ ਰਹੋ, ਰਸਤੇ 'ਚ ਮਿਲਦੇ ਤੁਹਾਨੂੰ ਜਾ ਕੇ। ਹਾਂਜੀ ਪਹੁੰਚ ਗਏ ਹਾਂ ਜੀ ਕੋਰੀਡੋਰ, ਅਤੇ ਇੱਥੋਂ ਰਹਿ ਗਿਆ ਸ਼੍ਰੀ ਕਰਤਾਰਪੁਰ ਸਾਹਿਬ 5 ਕਿਲੋਮੀਟਰ, ਅਤੇ ਇੱਥੇ ਹੁਣ ਹੋਊਗੀ ਆਪਣੀ ਚੈਕਿੰਗ ਵਗੈਰਾ। ਬੈਠੇ ETT ਫਾਰਮ ਦਿਖਾਓ। ਚੈਕਿੰਗ ਪੂਰੀ, ਚੈਕਿੰਗ ਡਨ ਹੋ ਗਈ ਹੈ ਜੀ ਪੂਰੀ, ਅਤੇ ਹੁਣ ਚੱਲੇ ਆਪਾਂ ਅੱਗੇ ਪਾਰਕਿੰਗ 'ਚ। ਉਹ ਸਾਹਮਣੇ ਵਾਲੀ ਸਾਈਡ ਤੋਂ ਹੁਣ ਪੋਲੀਓ ਦੀਆਂ ਬੂੰਦਾਂ ਪਿਆਉਣਗੇ ਸਾਨੂੰ, ਫਿਰ ਅੱਗੇ ਜਾਣ ਦੇਣਗੇ। ਇਹ ਗੱਲ ਇੱਦਾਂ ਆ ਯਾਰ, ਪੋਲੀਓ ਦੀ ਬੂੰਦਾਂ ਪੀ ਲਈਆਂ ਮੈਂ ਤਾਂ ਮੰਨੇ ਨੇ। ਹਾਂ ਤੁਸੀਂ ਦੇ ਸਕਦੇ ਹੋ ਜੀ, ਕੋਈ ਪਾਸਪੋਰਟ 'ਤੇ ਸਟੰਪ ਨਹੀਂ ਲੱਗੀ ਹੋਈ। ਠੀਕ ਹੈ ਜੀ, ਇਮੀਗ੍ਰੇਸ਼ਨ ਵੀ ਆਪਣੀ ਡਨ ਹੋ ਗਈ ਆ, ਕੁਛ ਜ਼ਿਆਦਾ ਨਹੀਂ ਪੁੱਛਦੇ, ਕੁਛ ਨਹੀਂ ਪੁੱਛਦੇ, ਅਤੇ ਆ ਪਾਸਪੋਰਟ 'ਤੇ ਸਟੰਪ ਨਹੀਂ ਲੱਗਦੀ। ਅਤੇ ਸਾਹਮਣੇ ਲਾਓ ਇੱਕ ਚੱਕਰ, ਬੈਟਰੀ ਵਾਲੇ ਆ ਗਿਆ ਈ ਰਿਕਸ਼ਾ, ਅਤੇ ਹੁਣ ਬੈਠ ਕੇ ਜਾਵਾਂਗੇ। ਅਤੇ ਹਾਂਜੀ ਇਹ ਭਾਜੀ ਹੋਣੀ ਸਾਨੂੰ ਛੱਡ ਕੇ ਆਉਣਗੇ ਹੁਣ ਜੀਰੋ ਲਾਈਨ 'ਤੇ। ਉਹ ਸਾਹਮਣੇ ਆ ਗਈ ਜੀਰੋ ਲਾਈਨ ਯਾਰ, ਉਹ ਸਾਹਮਣੇ ਵਾਲੀ ਸਾਈਡ 'ਤੇ। ਅਤੇ ਚਲੋ ਠੀਕ ਆ, ਮਿਲਦੇ ਤੁਹਾਨੂੰ ਜਾ ਕੇ। ਫਾਈਨਲੀ ਪਹੁੰਚ ਗਏ ਹਾਂ ਬੋਰਡਰ 'ਤੇ, ਆਹ ਰਹਿ ਗਿਆ ਇੰਡੀਆ ਅਤੇ ਉਹ ਰਹਿ ਗਿਆ ਪਾਕਿਸਤਾਨ। ਆਹ ਰਹਿ ਗਿਆ ਇੰਡੀਆ, ਅਤੇ ਯਾਰ ਆਹ ਲਾਈਨ ਨਹੀਂ ਸੀ ਸਾਰੀ, ਆਹ ਆ ਗਿਆ ਬੋਰਡਰ ਇੰਡੀਆ ਪਾਕਿਸਤਾਨ ਦਾ। ਅਤੇ ਲੈ ਮਿੱਤਰਾ, ਲੈ ਆਪਾਂ ਕਰਤਾ ਐਂਟਰ ਪਾਕਿਸਤਾਨ, ਅਤੇ ਉਹ ਰਹਿ ਗਿਆ ਸਾਹਮਣੇ ਇੰਡੀਆ। ਅਤੇ ਚਲੋ ਜੀ ਚੱਲਦੇ ਹੁਣ। ਬਹੁਤ ਵਧੀਆ ਲੱਗਾ ਯਾਰ, ਪਹਿਲੀ ਵਾਰੀ ਪਾਕਿਸਤਾਨ ਆ ਗਏ ਯਾਰ ਆਪਾਂ। ਆਪਣੇ ਨਾਲ ਆਏ ਸੀ ਪਿੰਡੋ ਮੁੰਡੇ ਗੋਪੀ, ਅਤੇ ਇਹ ਕੁਲਜੀਤ ਇਲੈਕਟ੍ਰੀਸ਼ਨ ਬਾਦੀ, ਅਤੇ ਇਹ ਨੇ ਡਾਕਟਰ ਵਿੱਕੀ ਸਾਹਿਬ, ਅਤੇ ਇਹ ਆ ਮੰਨਾ ਰਸੂਲਪੁਰ ਤੋਂ। ਅਤੇ ਉਹ ਸਾਹਮਣੇ ਰਹਿ ਗਿਆ ਪਾਕਿਸਤਾਨ, ਅਤੇ ਚੱਲੀਏ ਤੁਰਦੇ ਚੱਲੀਏ ਯਾਰ। ਆਹ ਆ ਸਾਨੂੰ ਮਿਲੀ ਪਾਕਿਸਤਾਨ ਕਰੰਸੀ, ਮੈਂ ਕਰਾਇਆ ਸੀ 6000 ਐਕਸਚੇਂਜ, ਅਤੇ ਮੈਨੂੰ ਮਿਲਿਆ ਇਹਦਾ 14000। ਠੀਕ ਠੀਕ ਰੇਟ ਮਿਲ ਗਿਆ ਹੈ ਨਾ ਮੰਨੇ ਭਾ। ਤੁਸੀਂ 5000 ਕਰਾਇਆ, 5000 ਦਾ 14000 ਦਿੱਤਾ ਹੁਣ। ਹਾਂ ਅਤੇ ਮੈਨੂੰ 6000 ਦਾ 16000 ਦਿੱਤਾ। ਅਤੇ ਚਲੋ ਠੀਕ ਆ, ਇਮੀਗ੍ਰੇਸ਼ਨ ਵੀ ਡਨ, ਇਮੀਗ੍ਰੇਸ਼ਨ ਡਨ ਨਹੀਂ ਹੋਈ, ਇਮੀਗ੍ਰੇਸ਼ਨ ਆਪਣੀ ਅੱਗੇ ਡਨ ਹੋਏਗੀ। ਅਤੇ ਉਹ ਪਿੱਛੋਂ ਆਪਾਂ ਫੀਸ ਜਮ੍ਹਾਂ ਕਰਾਤੀ $20, ਕਿਹੜੀ ਸਲਿੱਪ ਮਿਲੀ ਸੀ ਆਪਾਂ ਨੂੰ ਭਲਾ? ਆਹ ਸਲਿੱਪ ਮਿਲਦੀ ਹੈ ਜੀ $20 ਵਾਲੀ। ਅਤੇ ਚਲੋ ਠੀਕ ਆ ਜੀ, ਹੁਣ ਚੱਲਦੇ ਹਾਂ ਜੀ। ਹੁਣ ਇੱਥੋਂ ਮਿਲੂਗਾ ਜੀ ਆਪਾਂ ਨੂੰ ਕਾਰਡ, ਮੰਨਾ ਵੀਰ ਵੀ ਆ ਗਿਆ। ਇਹ ਕਾਰਡ ਮਿਲਦੇ ਕਿਹੜੇ ਆ? ਦਰਬਾਰ ਸਾਹਿਬ ਕਰਤਾਰਪੁਰ ਯਾਤਰੀ, ਅਤੇ ਆਪਣੇ ਨਾਲ ਦੇ ਵੀ ਆ ਰਹੇ ਆ। ਆਜੋ 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 ਆਜੋ, ਬਸ ਤਿਆਰ ਕਰ ਰਹੀ ਆਪਣਾ। ਭਾਜੀ ਕੀ ਹਾਲ ਚਾਲ ਜੇ? ਵਧੀਆ ਜੀ, ਠੀਕ ਹੋ? ਕੀ ਨਾਂ ਆਪਣਾ? ਜ਼ਬੀਉੱਲਾ ਖਾਨ। ਕਿਹੜਾ ਜ਼ਿਲ੍ਹਾ ਤੁਹਾਡਾ ਇੱਧਰ? ਮੇਰਾ ਜ਼ਿਲ੍ਹਾ ਮੀਆਂਵਾਲੀ। ਮੀਆਂਵਾਲੀ ਕਿੰਨੀ ਕੁ ਦੂਰ ਹੈ ਤੋਂ? 480 ਕਿਲੋਮੀਟਰ। 480 ਕਿਲੋਮੀਟਰ ਆ, ਇੱਥੇ ਫਿਰ ਜੋਬ ਕਰਦੇ ਹੋ ਤੁਸੀਂ? ਹਾਂ ਚੱਲੀਏ ਫਿਰ ਪਾਈਏ ਚੱਲੇ। ਚਲੋ ਜੀ ਚਲੋ। ਲੈ ਵੀ ਇੱਕ ਬੱਸ ਆ ਗਈ ਆ ਫਿਰ, ਅਤੇ ਜਾ ਰਹੇ ਹਾਂ, ਅਤੇ ਅੱਗੇ ਰਾਵੀ ਦਰਿਆ ਵੀ ਆਊਗਾ ਹੁਣ। ਹਾਂਜੀ ਮਿੱਤਰੋ, ਹੁਣ ਅਸੀਂ ਕਰ ਰਹੇ ਹਾਂ ਰਾਵੀ ਦਰਿਆ ਕ੍ਰੋਸ। ਆਹ ਸਾਹਮਣੇ ਰਾਵੀ ਦਰਿਆ, ਆਹ ਨੀਚੇ ਵਾਲੀ ਸਾਈਡ 'ਤੇ, ਉਹ ਤੁਸੀਂ ਦੇਖ ਸਕਦੇ ਹੋ। ਇਹ ਆਉਂਦਾ ਆ ਮੰਨੇ ਦੇ ਪਿੰਡਾਂ ਨੂੰ। ਮੰਨੇ ਕਿਹੜਾ ਪਿੰਡ ਤੇਗਾ? ਸੰਧਲਪੁਰ ਤੋਂ ਆਉਂਦਾ ਜੀ। ਸੰਧਲਪੁਰ ਗਲੜੀ ਤੋਂ ਆਉਂਦਾ ਜੀ ਇਹ ਦਰਿਆ।
ਹਾਂਜੀ ਉਹ ਕਰੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ। ਤੇ ਯਾਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਬਾਹਰ ਆ ਸਾਹਮਣੇ ਇੱਕ ਪਿੰਡ ਆ, ਪਤਾ ਨਹੀਂ ਹੁਣ ਕਿਹੜਾ ਪਿੰਡ ਆ ਭਾਜੀ, ਕਿਹੜਾ ਪਿੰਡ ਆ? ਹਾਂਜੀ ਕਿਹੜਾ ਪਿੰਡ ਹੈ ਇਹ? ਕੋਠੇ ਪਿੰਡ ਜੀ। ਕੋਠੇ ਪਿੰਡ, ਕੋਠੇ ਸਾਡੇ ਵੀ ਹੈਗਾ ਵਾ, ਗੁਰਦਾਸਪੁਰ ਵੀ ਹੈਗਾ ਕੋਠੇ ਪਿੰਡ। ਆ ਸਾਹਮਣੇ ਜਿਹੜਾ ਪਿੰਡ ਆ ਨਾ ਇਹ ਹੈਗਾ ਜੀ ਪਾਕਿਸਤਾਨ ਦਾ ਪਹਿਲਾ ਪਿੰਡ ਜਿਹਨੂੰ ਕਹਿੰਦੇ ਆ ਕੋਠੇ ਪਿੰਡ। ਵਾਹਿਗੁਰੂ ਦਰਸ਼ਨ ਡਿਓੜੀ। ਪਹਿਲੇ ਆਪਾਂ ਪਹੁੰਚੇ ਮੰਨੇ ਹੈ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਜੀ, ਕਿੱਦਾਂ ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਜੀ? ਗੁਰਦਾਸਪੁਰੋਂ? ਹਾਂਜੀ ਹਾਂਜੀ, ਪਹਿਲੀ ਏਰੀਆ ਜੀ ਇਹ। ਹਾਂਜੀ ਪਹੁੰਚ ਗਏ ਜੀ, ਬਹੁਤ ਵਧੀਆ ਲੱਗਾ ਵੀਰ ਹੋਣਾਂ ਨਾਲ ਮਿਲ ਕੇ, ਬਹੁਤ ਵਧੀਆ ਆਦਰ ਮਾਣ ਕੀਤਾ, ਆਉਂਦਿਆਂ ਹੀ ਸਾਡੀ ਰਿਸਪੈਕਟ ਕੀਤੀ ਇਹਨਾਂ ਨੇ। ਕੀ ਨਾਮ ਭਰਾ? ਅਹਿਮਦ ਦਾਊ। ਅਤੇ ਜੇ ਕਿਸੇ ਨੇ ਇੰਡੀਆ ਤੋਂ ਰਸਦ ਲਿਆਂਦੀ ਹੈ ਤਾਂ ਉਹ ਇੱਥੇ ਜਮ੍ਹਾਂ ਕਰਵਾ ਸਕਦਾ ਹੈ। ਆਹ ਦੇਖੋ ਕਰਦੇ ਪਏ ਜਮ੍ਹਾਂ, ਤੁਸੀਂ ਚੈੱਕ ਕਰੋ ਯਾਰ ਕਿੰਨਾ ਸੋਹਣਾ ਸਰੋਵਰ ਆ, ਕਿੰਨਾ ਮਤਲਬ ਸਾਫ਼ ਜਲ ਆ ਸਰੋਵਰ ਦਾ। ਅਤੇ ਹਾਂਜੀ ਹੁਣ ਜਾ ਰਹੇ ਹਾਂ ਜੀ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ। ਅਤੇ ਪਹਿਲੀ ਵਾਰੀ ਆਏ ਹਾਂ ਯਾਰ, ਮਤਲਬ ਜਿੰਨਾ ਸਕੂਨ ਇੱਥੇ ਆ ਕੇ ਮਿਲਦਾ ਪਿਆ ਨਾ ਸੱਚੀ ਕਿਤੇ ਨਹੀਂ ਹੈਗਾ ਯਾਰ। ਠੀਕ ਠੀਕ, ਠੀਕ ਠੀਕ, ਵਾਹਿਗੁਰੂ ਵਾਹਿਗੁਰੂ। ਬਾਬਾ ਨਾਨਕ ਜੀ ਜੀ ਮਜ਼ਾਰ ਸਾਹਿਬ, ਇਸ ਪਵਿੱਤਰ ਅਸਥਾਨ 'ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਾਦਰ ਅਤੇ ਫੁੱਲਾਂ ਨੂੰ ਦਫਨ ਕੀਤਾ ਸੀ। ਠੀਕ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਗੁਰੂ ਨਾਨਕ ਸਾਹਿਬ ਜੀ ਆਪਣੀ 52 ਸਾਲ ਦੀ ਉਮਰ ਵਿੱਚ 4 ਉਦਾਸੀਆਂ ਤੋਂ ਬਾਅਦ ਇਸ ਧਰਤੀ 'ਤੇ ਆਏ। ਬਾਬਾ ਜੀ ਨੂੰ ਇਹ ਧਰਤੀ ਬੜੀ ਪਸੰਦ ਆਈ। ਬਾਬਾ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸੇ ਧਰਤੀ 'ਤੇ ਗੁਜ਼ਾਰੇ। ਬਾਬਾ ਜੀ ਨੇ ਇਸੇ ਧਰਤੀ 'ਤੇ ਰਹਿ ਕੇ ਤਿੰਨ ਉਪਦੇਸ਼ ਦਿੱਤੇ, ਨਾਮ ਜਪੋ, ਵਣ ਚੱਕੋ, ਕਿਰਤ ਕਰੋ। ਬਾਬਾ ਜੀ ਨੇ ਇਸੇ ਧਰਤੀ 'ਤੇ ਰਹਿ ਕੇ ਕਈ ਬਾਣੀਆਂ ਦਾ ਉਚਾਰਨ ਕੀਤਾ। ਬਾਬਾ ਜੀ ਨੇ ਇਸੇ ਧਰਤੀ 'ਤੇ ਰਹਿ ਕੇ ਲੰਗਰ ਚਲਾਏ। ਬਾਬਾ ਜੀ ਨੇ ਇਸੇ ਧਰਤੀ 'ਤੇ ਰਹਿ ਕੇ ਕਿਰਤ ਕੀਤੀ, ਯਾਨੀ ਬਾਬਾ ਜੀ ਨੇ 18 ਸਾਲ ਆਪਣੇ ਹੱਥਾਂ ਨਾਲ ਖੇਤੀਬਾੜੀ ਕੀਤੀ। ਬਾਬਾ ਜੀ ਇਸੇ ਅਸਥਾਨ 'ਤੇ ਜੋਤੀ ਜੋਤ ਸਮਾਏ। ਜਿਸ ਟਾਈਮ ਬਾਬਾ ਜੀ ਜੋਤੀ ਜੋਤ ਸਮਾਏ ਉਸ ਟਾਈਮ ਬਾਬਾ ਜੀ ਦੀਆਂ ਸੰਗਤਾਂ ਵਿੱਚ ਮੁਸਲਮਾਨ ਭਾਈਆਂ ਝਗੜਾ ਪੈ ਗਿਆ।
ਮੁਸਲਮਾਨ ਵੀਰੇ ਗੱਲ ਕਰਦੇ ਸਨ, ਇਹ ਸਾਡੇ ਪੀਰ ਹਨ, ਬਜ਼ੁਰਗ ਹਨ, ਅਸੀਂ ਆਪਣੇ ਧਰਮ ਅਨੁਸਾਰ ਇਹਨਾਂ ਨੂੰ ਦਫ਼ਨ ਕਰਨਾ ਹੈ। ਆਪਣੀ ਸੰਗਤ ਗੱਲ ਕਰਦੀ ਸੀ ਇਹ ਸਾਡੇ ਗੁਰੂ ਹਨ, ਅਸੀਂ ਇਹਨਾਂ ਦਾ ਸੰਸਕਾਰ ਕਰਨਾ ਹੈ। ਪਰ ਜਿਸ ਟਾਈਮ ਬਾਬਾ ਜੀ ਤੋਂ ਚਾਦਰ ਚੁੱਕੀ ਤਾਂ ਬਾਬਾ ਜੀ ਨਹੀਂ ਸਨ, ਬਾਬਾ ਜੀ ਅਲੋਪ ਹੋ ਗਏ ਸਨ, ਸਿਰਫ਼ ਤਾਜ਼ਾ ਫੁੱਲ ਪਾਏ ਸਨ। ਅੱਛਾ, ਉਹ ਇਹ ਮਜ਼ਾਰ ਸਾਹਿਬ ਹੈ? ਵੰਡ ਕੀਤੇ ਨੇ, ਹਾਂਜੀ, ਜੋ ਆਪਣੀ ਸੰਗਤ ਨੂੰ ਹਿੱਸਾ ਮਿਲਿਆ ਉਹਨਾਂ ਨੇ ਅੱਧੀ ਚਾਦਰ ਅੱਧੇ ਫੁੱਲਾਂ ਦਾ ਅੰਦਰ ਸੰਸਕਾਰ ਕਰਕੇ ਅੰਗੀਠਾ ਸਾਹਿਬ ਬਣਾ ਦਿੱਤਾ। ਅੱਛਾ, ਜਿਹੜਾ ਉੱਪਰ ਆਪਾਂ ਮੱਥਾ ਟੇਕ ਆਏ ਉਹ ਅੰਗੀਠਾ ਸਾਹਿਬ ਹੈ? ਅੰਗੀਠਾ ਸਾਹਿਬ। ਤੇ ਜਿਹੜੇ ਮੁਸਲਮਾਨ ਭਾਈਚਾਰੇ ਮਿਲਿਆ ਸੀ, ਹਾਂਜੀ, ਉਹਨਾਂ ਨੇ ਇੱਧਰ ਦਫ਼ਨ ਕਰਕੇ ਕਬਰ ਦਰਗਾਹ ਬਣਾ ਦਿੱਤੀ। ਅੱਛਾ ਅੱਛਾ, ਇੱਥੇ ਦਰਗਾਹ ਬਣਾ ਤੀ ਉਹਨਾਂ ਨੇ, ਮਜ਼ਾਰ ਸਾਹਿਬ, ਹਾਂਜੀ, ਮਜ਼ਾਰ ਸਾਹਿਬ ਦਰਗਾਹ ਬਣਾ ਦਿੱਤੀ। ਆਪਣੀ ਸੰਗਤ ਨੇ ਸੰਸਕਾਰ ਕਰਕੇ ਅੰਗੀਠਾ ਸਾਹਿਬ ਬਣਾ ਦਿੱਤਾ। ਨਾਲ ਹੀ ਬਾਬਾ ਜੀ ਦਾ ਇਤਿਹਾਸ ਖੂਹ ਸਾਹਿਬ ਹੈ। ਇਸ ਖੂਹ ਸਾਹਿਬ ਤੋਂ ਬਾਬਾ ਜੀ ਨੇ 18 ਸਾਲ ਆਪਣੇ ਖੇਤਾਂ ਨੂੰ ਪਾਣੀ ਦਿੱਤਾ ਸੀ। ਅੱਛਾ, ਇਸ ਖੂਹ ਤੋਂ ਖੇਤੀ ਕਰਦੇ ਰਹੇ? ਹਾਂਜੀ। ਤੇ ਬਾਬਾ ਜੀ ਦੇ ਬਾਗ ਕਿਹੜੀ ਸਾਈਡ ਤੇ? ਬਿਲਕੁਲ ਸਾਹਮਣੇ ਬਾਬਾ ਜੀ ਦੀ ਖੇਤੀ ਸਾਹਿਬ, ਜਿੱਧਰ ਬਾਬਾ ਜੀ ਨੇ 18 ਸਾਲ ਖੇਤੀਬਾੜੀ ਕੀਤੀ। ਤੁਸੀਂ ਦਰਸ਼ਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਇਹ ਉਹ ਪਵਿੱਤਰ ਖੂਹ ਆ ਜਿੱਥੋਂ ਬਾਬਾ ਨਾਨਕ ਜੀ ਖੇਤੀ ਕਰਦੇ ਸਨ। ਇਸ ਖੂਹ ਤੋਂ ਪਾਣੀ ਜਾਂਦਾ ਰਿਹਾ ਆ, ਉੱਧਰ ਬਾਬਾ ਜੀ ਦੇ ਖੇਤ ਆ, ਉੱਧਰ ਪਾਣੀ ਲਾਉਂਦੇ ਰਹੇ ਆ, ਉੱਧਰਲੀ ਸਾਈਡ ਪਾਣੀ ਲਾਉਂਦੇ ਰਹੇ ਖੇਤਾਂ ਨੂੰ। ਇੱਥੇ ਵੀ ਖੇਤ ਹੁੰਦੇ ਰਹੇ ਸੀ ਪਹਿਲਾਂ? ਇੱਥੇ ਦਰਿਆ ਹੁੰਦਾ ਜੀ। ਠੀਕ ਠੀਕ ਹੈ, ਅਤੇ ਕਰਦੇ ਹਾਂ ਜੀ ਦਰਸ਼ਨ। ਇਹ ਉਹ ਪਵਿੱਤਰ ਖੂਹ ਆ ਜੀ ਜਿੱਥੋਂ ਬਾਬਾ ਨਾਨਕ ਜੀ ਨੇ ਖੇਤੀ ਕੀਤੀ ਸੀ। ਅੱਜ ਵੀ ਇਹ ਪਵਿੱਤਰ ਖੂਹ ਵਿੱਚ ਜਲ ਹੈਗਾ ਆ। ਅਸੀਂ ਜਲ ਲੈ ਕੇ ਜਾ ਸਕਦੇ? ਕਿੱਥੋਂ ਮਿਲਦਾ ਜੀ ਜਲ? ਇੱਥੋਂ ਬੋਤਲਾਂ ਕਹਿੰਦੇ ਮਿਲਦੀਆਂ ਸੀ, ਮੈਂ ਵੀਡੀਓ 'ਚ ਦੇਖਿਆ ਸੀ। ਅੱਛਾ, ਮਿਲ ਜਾਂਦੀ ਬੋਤਲ ਘਰ ਨੂੰ? ਠੀਕ ਠੀਕ ਹੈ। ਅਤੇ ਕਿੱਧਰਲੀ ਸਾਈਡ ਖੇਤ ਹੁੰਦੇ ਸੀ ਬਾਬਾ ਜੀ ਦੇ? ਅੱਛਾ, ਇਹ ਜਿਹੜਾ ਹੁਣ ਬਣਾਤਾ ਇਹਨਾਂ ਨੇ ਸਾਰਾ ਸਿਸਟਮ, ਇੱਥੇ ਪਹਿਲਾਂ ਖੇਤ ਸੀ? ਠੀਕ ਠੀਕ ਹੈ। ਅੱਛਾ ਅੱਛਾ, ਠੀਕ ਠੀਕ ਹੈ ਜੀ। ਅਤੇ ਇਹ ਉਹ ਪਵਿੱਤਰ ਖੂਹ ਆ ਜੀ, ਕਰੋ ਦਰਸ਼ਨ ਤੁਸੀਂ ਵੀ। ਇੱਥੇ ਇੱਕ ਚੀਜ਼ ਦੇਖੋ ਯਾਰ, ਅੰਬ ਦੇ ਬੂਟੇ 'ਚੋਂ ਬੇਰੀ ਨਿਕਲੀ ਹੋਈ ਆ। ਅੰਬ ਦੇ ਵਿੱਚੋਂ ਬੇਰੀ ਨਿਕਲੀ ਹੈ? ਹਾਂਜੀ ਹਾਂਜੀ। ਅੱਛਾ, ਸ਼ੁਰੂ ਤੋਂ ਇੱਦਾਂ? ਠੀਕ ਠੀਕ। ਤੁਸੀਂ ਪਾਕਿਸਤਾਨ ਤੋਂ? ਹਾਂਜੀ। ਬਾਕਸ ਕਿਹੜਾ ਸ਼ਹਿਰ ਜੀ? ਲਾਹੌਰ। ਲਾਹੌਰ ਤੋਂ ਆਏ ਜੀ? ਅੱਛਾ ਅੱਛਾ, ਤੁਸੀਂ ਸਾਰੇ ਲਾਹੌਰੀ ਹੈ ਜੀ? ਹਾਂਜੀ। ਠੀਕ ਹੈ ਠੀਕ ਆ। ਆ ਜੋ ਤੁਸੀਂ ਦੇਖ ਰਹੇ ਹੋ ਜੀ, ਇਹ ਆ ਇੱਕ ਬੰਬ, ਤੇ ਇੱਥੇ ਸਾਰਾ ਕੁਝ ਲਿਖਿਆ ਹੋਇਆ ਜੀ। ਇਹ ਗੋਲਾ ਬੰਬ ਭਾਰਤੀ ਹਵਾਈ ਸੈਨਾ ਵੱਲੋਂ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨੂੰ ਨਸ਼ਟ ਕਰਨ ਲਈ ਸੁੱਟਿਆ ਸੀ, ਪਰ ਬਾਬੇ ਨਾਨਕ ਦੀ ਕਿਰਪਾ ਨਾਲ ਸ਼੍ਰੀ ਖੂਹ ਸਾਹਿਬ ਨੇ ਆਪਣੇ ਪਵਿੱਤਰ ਗੋਦ ਵਿੱਚ ਲੈ ਲਿਆ ਸੀ ਇਸ ਬੰਬ ਨੂੰ। ਤੇ ਮਤਲਬ ਬੰਬ ਚੱਲਿਆ ਨਹੀਂ ਸੀ, ਉੱਥੇ ਦਾ ਉੱਥੇ ਰਹਿ ਗਿਆ। ਹੁਣ ਅਸੀਂ ਚੱਲੇ ਹਾਂ ਜੀ ਲੰਗਰ ਹਾਲ ਵਾਲੀ ਸਾਈਡ, ਅਤੇ ਛੱਕਦੇ ਹਾਂ ਬਾਬਾ ਜੀ ਦਾ ਲੰਗਰ, ਬਾਬੇ ਨਾਨਕ ਜੀ ਦਾ। ਅਤੇ ਆਪਣੇ ਨਾਲ ਵੀਰ ਆਏ ਆ ਜਿਵੇਂ ਕੁਲਜੀਤ ਜੀ, ਗੋਪੀ ਜੀ, ਡਾਕਟਰ ਜੀ ਅਤੇ ਮੰਨਾ ਜੀ। ਇੱਥੋਂ ਬਰਤਨ ਲੈਣੇ ਆ ਜੀ, ਅਤੇ ਉਹ ਸਾਹਮਣੇ ਲੰਗਰ ਛੱਕਦੇ ਹਾਂ ਜੀ। ਬਹੁਤ ਸੋਹਣਾ ਲੰਗਰ ਹਾਲ ਬਣਾਇਆ, ਬਹੁਤ ਹੀ ਸੋਹਣਾ ਲੰਗਰ ਹਾਲ। ਹਾਂਜੀ, ਛੱਕਦੇ ਹਾਂ ਜੀ ਹੁਣ ਬਾਬੇ ਨਾਨਕ ਦਾ ਲੰਗਰ। ਬਹੁਤ ਵਧੀਆ ਬਹੁਤ ਵਧੀਆ, ਟੈਲੈਂਟ। ਇੱਧਰ ਬਣਦਾ ਆ ਜੀ ਲੰਗਰ, ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵੱਡੀਆਂ ਵੱਡੀਆਂ ਭੱਠੀਆਂ ਨੇ, ਸਾਰੀਆਂ ਗੈਸ 'ਤੇ ਨੇ, ਸਾਰੀਆਂ ਟੋਟਲੀ। ਆਹ ਤੁਸੀਂ ਦੇਖ ਸਕਦੇ ਹੋ, ਇਹ ਬੈਂਗਣ ਦੀ ਸਬਜ਼ੀ ਲੱਗ ਰਹੀ ਹੈ ਮੈਨੂੰ, ਅਤੇ ਇਹਦੇ ਵਿੱਚ ਦਾਲ ਹੈ? ਚਾਵਲ। ਚਾਵਲ, ਠੀਕ ਹੈ ਜੀ। ਨਮਕ ਵਾਲੇ, ਅਤੇ ਉਹ ਉੱਧਰ ਹੈਗੇ ਜੀ ਮਿੱਠੇ ਚੌਲ,
ਮਿੱਠੇ ਚੌਲ ਨਾਲ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਬਣਾਏ ਹੋਏ ਸੀ। ਇਹ ਕਾਹਦਾ ਟੇਸਟ ਆਉਂਦਾ ਪਿਆ ਵਿੱਚ, ਹੋਰ ਹੀ ਤਰ੍ਹਾਂ ਦਾ ਮੈਨੂੰ ਵਧੀਆ ਵਧੀਆ ਲੱਗੇ ਸੀ। ਕੀ ਭਲਾ ਖੁਸ਼ਬੂ ਕਿਉਂਕਿ ਸਾਡੇ ਜਿਹੜੇ ਮਿੱਠੇ ਚੌਲ ਬਣਦੇ ਹੋਰ ਤਰੀਕੇ ਨਾਲ। ਹਾਂ ਜੈਲੋ ਜੈਲੋ, ਕਿਹੜੀ ਖੁਸ਼ਬੂ ਬਣਦੇ ਹੋ ਖੁਸ਼ਬੂ ਕਿਹੜੀ ਮੰਨਦੇ ਹੋ ਭਾਜੀ? ਭਾਜੀ ਕਿਹੜੀ ਖੁਸ਼ਬੂ ਬਣਦੇ ਹੋ ਇੱਥੇ ਇਹ ਮਿੱਠੇ ਚੌਲਾਂ 'ਚ? ਕੀ ਪਾਉਂਦੇ ਹੋ ਭਲਾ ਤੁਸੀਂ ਮਿੱਠੇ ਚਾਵਲਾਂ 'ਚ? ਇਹੋ ਹੀ ਹੈ, ਚੀਨੀ ਆ ਅਤੇ ਆਪਣਾ ਦੁੱਧ ਆ, ਇਹਦੇ ਚਾਸ਼ਣੀ ਬਣਾਉਂਦੇ ਹਾਂ ਅਸੀਂ। ਅੱਛਾ ਚਾਸ਼ਣੀ ਬਣਾਉਂਦੇ ਹੋ ਉਹਦੀ, ਠੀਕ ਠੀਕ ਠੀਕ। ਅਤੇ ਇਹਨਾਂ ਨੇ ਕੀਤਾ ਹੋਇਆ ਜੀ ਮਸਾਲਾ ਤਿਆਰ, ਇਹਦੇ ਵਿੱਚ ਹਲਦੀ ਵਗੈਰਾ ਸਭ ਕੁਛ ਆ। ਤੈਨੂੰ ਮਤਲਬ ਵਧੀਆ ਤਰੀਕੇ ਨਾਲ ਲੰਗਰ ਤਿਆਰ ਕਰਦੇ ਨੇ ਜੀ, ਬਹੁਤ ਵਧੀਆ ਲੱਗਾ ਇੱਥੇ ਆ ਕੇ। ਕਰ ਦਿੰਦੇ ਨੇ, ਕਹਿੰਦੇ ਫੋਟੋਆਂ ਖਿਚਾਉਣੀਆਂ, ਲੈ ਇੱਧਰ ਫੋਟੋਆਂ ਹੋ ਰਹੀਆਂ ਪੂਰੀਆਂ ਪੂਰੀਆਂ। ਕਿੰਨਾ ਸੋਹਣਾ ਬੇਬੀ ਹੈ। ਓਏ ਹੋਏ ਗੁੱਗੂ, ਓਏ ਕੀ ਹਾਲ ਚਾਲ ਹੈ? ਦੇਖੋ ਗੁਰਨੂਰ, ਕੀ ਨਾਂ ਹੈ? ਗੁਰਨੂਰ, ਗੁਰਨੂਰ ਪੰਜਾਬੀ ਵਾਲਾ ਨਾਂ ਗੁਰਨੂਰ। ਕੀ ਹਾਲ ਹੈ ਗੁਰਨੂਰ? ਓਏ ਕਿਹੜਾ ਪਿੰਡ ਹੈ ਤੇਰਾ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਗੁਰਨੂਰ ਨਾਮ, ਗੁਰਨੂਰ, ਗੁਰਨੂਰ ਪੜਿਆ, ਬਹੁਤ ਵਧੀਆ ਨਾਂ, ਪੰਜਾਬੀ ਨਾਂ, ਪੰਜਾਬੀ ਨਾਂ ਸਾਡਾ ਗੁਰਨੂਰ। ਗੁਰਨੂਰ ਤੁਸੀਂ ਕਿਹੜੇ ਜ਼ਿਲ੍ਹੇ ਤੋਂ? ਇੱਥੋਂ ਪਾਕਿਸਤਾਨ ਤੋਂ? ਕਿੱਥੋਂ? ਕਿਹੜੇ ਜ਼ਿਲ੍ਹੇ? ਲਾਹੌਰ ਦੇ। ਲਾਹੌਰ ਵਾਲੇ ਆ ਗਏ ਫਿਰ ਹੈ। ਹਾਂ ਚਲੋ ਠੀਕ ਹੈ ਜੀ। ਓਏ ਤੁਸੀਂ ਕਿੱਥੇ? ਲਾਹੌਰੀਏ, ਲਾਹੌਰੀਏ। ਸ਼ਾਮਾਂ ਦੇ 3-4 ਵੱਜ ਗਏ ਆ ਅਤੇ ਇਸ ਟਾਈਮ ਨਾ ਬੜੀ ਸੰਗਤ ਆਉਂਦੀ ਹੈ ਪਾਕਿਸਤਾਨ ਵਾਲੀ ਸਾਈਡ ਤੋਂ। ਇੱਕ ਵਾਰੀ ਫਿਰ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਮਜ਼ਾਰ ਸਾਹਿਬ ਦੇ, ਅਤੇ ਹੁਣ ਅਸੀਂ ਚੱਲੇ ਹਾਂ ਜੀ ਬਾਬਾ ਜੀ ਦੇ ਬਾਗ ਦੇਖਣ। ਚੱਲੀਏ ਚਲੋ ਜੀ। ਹੁਣ ਅਸੀਂ ਆ ਗਏ ਹਾਂ ਜੀ ਇੱਧਰ ਜਿੱਥੇ ਬਾਬਾ ਜੀ ਦੇ ਬਾਗ ਦੇਖਣ, ਜਿੱਥੇ ਗੁਰੂ ਨਾਨਕ ਦੇਵ ਜੀ ਖੇਤੀ ਕਰਿਆ ਕਰਦੇ ਸਨ। ਮਤਲਬ ਇਹ ਸਾਰੇ ਜਿੰਨੇ ਤੁਸੀਂ ਜ਼ਮੀਨ ਦੇਖ ਰਹੇ ਹੋ ਹੈ ਨਾ। ਚਲੋ ਹੁਣ ਤਾਂ ਥੋੜ੍ਹਾ ਬਹੁਤਾ ਇੱਥੇ ਪਾਮ ਟਰੀ ਵਗੈਰਾ ਲਗਾ ਲਏ ਹੈ ਨਾ, ਅਤੇ ਮਤਲਬ ਇੱਥੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸਨ। ਆ ਜਿੰਨਾ ਤੁਸੀਂ ਖੇਤ ਦੇਖ ਰਹੇ ਹੋ ਸਾਰੇ ਦੂਰ ਦੂਰ ਤੱਕ, ਆ ਸਾਰੇ ਜਿੰਨੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਗੁਰੂ ਨਾਨਕ ਦੇਵ ਜੀ ਦੇ ਖੇਤ ਹਨ ਜਿੰਨੇ ਵੀ। ਅਤੇ ਇਹ ਉੱਪਰ ਵਾਲੀ ਸਾਈਡ 'ਤੇ ਜਿਹੜਾ ਉੱਚਾ ਉੱਚਾ ਤੁਸੀਂ ਦੇਖ ਰਹੇ ਹੋ ਨਾ, ਇਸ ਤੋਂ ਪਰਲੀ ਸਾਈਡ 'ਤੇ ਹੈਗੀ ਆ ਰਾਵੀ, ਅਤੇ ਇੱਧਰ ਫੈਂਸਿੰਗ ਲਗਾਈ ਹੋਈ ਆ। ਮਤਲਬ ਇਸ ਤੋਂ ਅਸੀਂ ਪਾਰ ਨਹੀਂ ਜਾ ਸਕਦੇ, ਕਿਵੇਂ ਕਿ ਜਿਵੇਂ ਕਹਿ ਸਕਦੇ ਹਾਂ ਕਿ ਆਪਾਂ ਇਸ 'ਤੇ ਪਰਲੇ ਬੰਨੇ ਕੋਈ ਪਿੰਡ ਹੋਏਗਾ ਹੈ ਨਾ। ਅਤੇ ਇਹ ਆ ਬਾਬਾ ਜੀ ਦੇ ਖੇਤ, ਤੁਸੀਂ ਵੀ ਦਰਸ਼ਨ ਕਰੋ ਜਿੱਥੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸਨ। ਅਤੇ ਬਾਕੀ ਬਹੁਤ ਵਧੀਆ ਲੱਗਾ ਕਰਤਾਰਪੁਰ ਸਾਹਿਬ ਆ ਕੇ। ਬਾਕੀ ਤੁਸੀਂ ਵੀ ਜ਼ਰੂਰ ਆਇਓ, ਉਸ ਸਾਈਡ 'ਤੇ ਰਹਿ ਗਿਆ ਗੁਰਦੁਆਰਾ ਸਾਹਿਬ, ਅਤੇ ਉਹ ਮੇਰੇ ਨਾਲ ਦੇ ਸਾਥੀ ਪਿੱਛੇ ਰਹਿ ਗਏ ਆ ਕਿਉਂਕਿ ਆਏ ਆਪਾਂ ਨੰਗੇ ਪੈਰੀ ਆ। ਉਹ ਕਹਿੰਦੇ ਸੀ ਤੁਸੀਂ ਬੂਟ ਪਾ ਕੇ ਵੀ ਇੱਧਰ ਆ ਸਕਦੇ ਹੋ, ਪਰ ਆਪਾਂ ਨੰਗੇ ਪੈਰੀ ਆ ਗਏ ਸੀ। ਬਾਬਾ ਜੀ ਦੇ ਬਾਗ ਜੀ ਦੇ ਦਰਸ਼ਨ ਕਰਕੇ ਜਿੱਥੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸਨ, ਅਤੇ ਹੁਣ ਆਪਾਂ ਆ ਗਏ ਵਾਪਸ। ਟਾਈਮ ਹੋ ਗਿਆ ਪਾਕਿਸਤਾਨ ਦੇ 3:30, ਇੰਡੀਆ ਦੇ ਤਕਰੀਬਨ 4:30 ਹੋ ਗਏ ਆ, ਅਤੇ ਹੁਣ ਅਸੀਂ ਚੱਲੇ ਹਾਂ ਜੀ ਵਾਪਸ। ਅਤੇ ਇੱਕ ਵਾਰੀ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗਾ ਜ਼ਰੂਰ, ਮੇਰਾ ਤਾਂ ਪੱਕਾ ਇਰਾਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਉਣੇ ਆ, ਅਤੇ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਇੱਕ ਵਾਰੀ ਫਿਰ। ਇਹ ਤੁਸੀਂ ਜਲ ਆਪਣੇ ਘਰ ਲਈ ਲੈ ਕੇ ਜਾ ਸਕਦੇ ਹੋ, ਉਹ ਸਾਹਮਣੇ ਇੱਕ ਰੂਮ ਆ, ਉੱਥੋਂ ਮਿਲੂਗਾ ਤੁਹਾਨੂੰ। ਅਤੇ ਚਲੋ ਚੱਲੀਏ ਹੁਣ ਵਾਪਸੀ, ਚੱਲੀਏ ਮਨਮੋਹਿਤ ਜੀ। ਚਲੋ ਜੀ ਚਲੋ, ਹੁਣ ਅਸੀਂ ਚੱਲੇ ਹਾਂ ਜੀ ਵਾਪਸ ਪੰਜਾਬ ਇੰਡੀਆ। ਹੁਣ ਚੱਲਦੇ ਹਾਂ ਜੀ ਵਾਪਸ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਆ, ਅਤੇ ਇੱਧਰ ਆ ਗਈ ਜੀ ਸਾਡੀ ਬੱਸ, ਅਤੇ ਹੁਣ ਚੱਲਦੇ ਅਸੀਂ ਪਿੰਡ ਨੂੰ ਵਾਪਸ। ਮੰਨਾ ਜੀ ਚੱਲੀਏ,
ਚਲੀ ਵਾਪਸ ਹੁਣ ਚਲੋ ਚਲੋ ਸਤਿ ਸ੍ਰੀ ਅਕਾਲ ਚੱਲ ਪਿਆ ਜੀ ਅਸੀਂ ਹੁਣ ਵਾਪਸ ਆਪਣੇ ਭਾਰਤ ਵੱਲ ਨੂੰ ਤੇ ਆਪਾਂ ਖਲੋਤੇ ਆ ਬਿਲਕੁਲ ਫਰੰਟ ਤੇ ਆ ਭਰਾ ਹੋਣੀ ਆ ਨੂੰ ਫਿਰ ਟੱਕਰ ਕੇ ਕੀ ਨਾਮ ਹੈ ਆਪਣਾ ਜਬੀਉੱਲਾ ਖਾਨ ਵੇਖੋ ਫੀਚਰ ਬੜੇ ਘੈਂਟ ਹੈ ਨਾ ਬੱਸ ਦੇ ਫੀਚਰ ਬੜੇ ਘੈਂਟ ਬੱਸ ਦੇ ਤੇ ਉਹ ਪਿਛਲੀ ਸਾਈਡ ਤੇ ਰਹਿ ਗਏ ਬਾਬਾ ਨਾਨਕ ਜੀ ਦੇ ਖੇਤ ਤੇ ਇਹ ਟਰਮੀਨਲ ਵਨ ਆ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਭਾਰਤ ਦੀ ਹੱਦ ਉਹ ਜਿਹੜੇ ਸਫੇਦੇ ਲੱਭਦੇ ਪਏ ਨਾ ਜਿੰਨੇ ਵੀ ਉਹ ਸਾਡੀ ਹੱਦ ਲੱਭਦੀ ਪਈ ਆ ਹੁਣ ਫਿਰ ਤੁਹਾਨੂੰ ਦਿਖਾਉਂਦੇ ਹਾਂ ਰਾਵੀ ਦਰਿਆ ਇਹ ਤੁਸੀਂ ਦੇਖ ਸਕਦੇ ਹੋ ਰਾਵੀ ਦਰਿਆ ਤੇ ਹੁਣ ਆਪਾਂ ਫਿਰ ਰਾਵੀ ਦਰਿਆ ਦੇ ਉੱਪਰ ਉਹਦੀ ਲੰਘ ਕੇ ਜਾਵਾਂਗੇ ਤੇ ਇਹ ਸਾਡੇ ਭਾਰਤ ਵਾਲੀ ਸਾਈਡ ਤੋਂ ਆਉਂਦਾ ਆ ਤੇ ਪਾਕਿਸਤਾਨ ਦੇ ਵਿੱਚ ਉਹਦੀ ਹੋ ਕੇ ਜਾਂਦਾ ਆ ਤੇ ਬਹੁਤ ਵਧੀਆ ਯਾਰ ਲੱਗਾ ਬਹੁਤ ਵਧੀਆ ਲੱਗਾ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਤੁਸੀਂ ਵੀ ਜ਼ਰੂਰ ਆਇਓ ਬਹੁਤ ਸਾਰਾ ਸਾਨੂੰ ਟਾਈਮ ਮਿਲਿਆ ਟਾਈਮ ਸਾਨੂੰ 4 ਵਜੇ ਤੱਕ ਤਾਂ ਮਿਲਿਆ ਹੁਣ 4 ਵੱਜ ਗਿਆ ਤੇ ਆਪਾਂ ਜਾ ਰਹੇ ਹਾਂ ਵਾਪਸ ਤੇ ਆਹ ਆ ਗਿਆ ਰਾਵੀ ਦਰਿਆ ਆਹ ਤੁਸੀਂ ਦੇਖ ਸਕਦੇ ਹੋ ਚਲੋ ਚਲੋ ਫਿਰ ਲੱਗਦਾ ਇਮੀਗ੍ਰੇਸ਼ਨ ਹੋ ਗਈ ਸਾਡੀ ਹੁਣ ਐਗਜ਼ਿਟ ਦੇ ਲਓ ਜੀ ਆਪਾਂ ਹੁਣ ਚੱਲੇ ਹਾਂ ਵਾਪਸ ਚੱਲੀਏ ਡਾਕਟਰ ਸਾਹਿਬ ਅਤੇ ਲਓ ਜੀ ਆਪਾਂ ਹੁਣ ਚੱਲੇ ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਮਿਲਦੇ ਹਾਂ ਤੁਹਾਨੂੰ ਹੁਣ ਇੰਡੀਆ ਜਾ ਕੇ ਲਓ ਜੀ ਹੁਣ ਬੋਰਡਰ ਕਰੋਸ ਕਰਨ ਲੱਗੇ ਹਾਂ ਇਹ ਰਹਿ ਗਿਆ ਪਾਕਿਸਤਾਨ ਅਤੇ ਇਹ ਰਹਿ ਗਿਆ ਇੰਡੀਆ ਬੋਰਡਰ ਕਰੋਸ ਕਰ ਲਿਆ ਹੁਣ ਆ ਗਏ ਇੰਡੀਆ 'ਚ ਅਸੀਂ ਦਰਸ਼ਨ ਕਰਕੇ ਵਧੀਆ ਲੱਗਾ ਨਾ ਤੇ ਬਾਕੀ ਅਸੀਂ ਫਿਰ ਪਲਾਨ ਕਰਾਂਗੇ ਬਹੁਤ ਜਲਦੀ ਕਿਉਂਕਿ ਹੁਣ ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਆ ਤੇ ਆਪਾਂ ਹੁਣ ਕਰਾਂਗੇ ਦਸੰਬਰ ਦਾ ਨਾ ਦਸੰਬਰ ਮਹੀਨੇ ਨਵੰਬਰ ਜਾਂ ਦਸੰਬਰ ਦਾ ਪਲਾਨ ਕਰਾਂਗੇ ਤੇ ਇੰਡੀਆ ਦਾ ਟਾਈਮ ਕਿੰਨਾ ਹੋ ਗਿਆ 4:30 ਹੋ ਗਏ ਭਾਅ ਜੀ 4:45 ਮਤਲਬ 5 ਵੱਜ ਗਿਆ ਤੇ 5 ਵਜੇ ਅਸੀਂ ਆ ਗਏ ਵਾਪਸ ਤੇ ਚਲੋ ਠੀਕ ਆ ਬਹੁਤ ਵਧੀਆ ਲੱਗਾ ਦਰਸ਼ਨ ਕਰਕੇ ਬਾਕੀ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਓਕੇ ਜੀ ਮਿਲਦੇ ਨਵੇਂ ਵਲੌਗ 'ਚ ਬਾਏ